ਭਗਤ ਜੀ ਦਾ ਜੀਵਨ ਇਹ ਦਰਸਾਉਂਦਾ ਹੈ ਕਿ ਜੇਕਰ ਲਗਨ ਸੱਚੀ ਹੋਵੇ ਤਾਂ ਕੋਈ ਚੀਜ਼ ਜਿਵੇਂ ਕਿ ਉਮਰ ਪੈਸੇ ਤੇ ਪਦਾਰਥਾਂ ਦੀ ਕਾਟ ਕਿਸੇ ਨੂੰ ਰੋਕ ਨਹੀਂ ਸਕਦੀ ਸੱਚਮੁੱਚ ਭਗਤ ਜੀ ਨੇ ਪਾਈ ਕਨਈਆ ਜੀ ਦੇ ਸੇਵਾ ਭਾਵਨਾ ਨੂੰ ਆਪਣੇ ਜੀਵਨ ਵਿੱਚ ਸਾਕਾਰ ਕੀਤਾ ਉਹਨਾਂ ਵੱਲੋਂ ਚੁਲਾਇਆ ਗਿਆ ਪਿੰਗਲਵਾੜਾ ਨਿਆਸ ਸਰਾਨੀ ਆਸ ਤੇ ਆਸਰਾ ਹੈ। ਵੀ ਭਗਤਪੂਰਨ ਸਿੰਘ ਦੇ ਜੀਵਨ ਤੋਂ ਸਾਨੂੰ ਕੀ ਸਿੱਖਿਆ ਮੰਦੀ ਵੀ ਜੇਕਰ ਆਪਾਂ ਦੇ ਮਨ ਦੇ ਵਿੱਚ ਸੱਚੀ ਲਗਨ ਹੋਵੇ ਕਿਸੇ ਦੀ ਸੇਵਾ ਕਰਨ ਤੇ ਆਪਾਂ ਇਹ ਨਹੀਂ ਵੇਖਦੇ ਵੀ ਆਪਾਂ ਕਿਸ ਉਮਰ ਦੇ ਵਿੱਚ ਆ ਆਪਣੇ ਕੋਲ ਪੈਸਾ ਘੱਟ ਹੈ ਜਾਂ ਵਾ ਤੇ ਜ ਆਪਣੇ ਕੋਲ ਕਿਸੇ ਚੀਜ਼ ਦੀ ਘਾਟ ਹੈ। ਇਹ ਸਭ ਚੀਜ਼ਾਂ ਕੀ ਆਪਾਂ ਨੂੰ ਰੋਕ ਨਹੀਂ ਸਕਦੀਆਂ। ਜਿਹੜੇ ਭਗਤਪੂਰਨ ਸਿੰਘ ਸੀਗੇ ਉਹਨਾਂ ਨੇ ਕੀ ਹੈ ਭਾਈ ਕਨਈਆ ਜੀ ਦੀ ਸੇਵਨਾ ਪਾਵਨ ਨੂੰ ਆਪਣੇ ਜੀਵਨ ਦੇ ਵਿੱਚ ਕੀ ਹੈ ਪੂਰਾ ਕੀਤਾ। ਜਿਵੇਂ ਉਹਨਾਂ ਦਾ ਭਾਈ ਕਨਈਆ ਜੀ ਸੇਵਾ ਕਰਦੇ ਸਨ ਉਵੇਂ ਹੀ ਉਹਨਾਂ ਨੇ ਕੀ ਹੈ ਮਨੁੱਖਤਾ ਦੀ ਸੇਵਾ ਕੀਤੀ। ਉਨ੍ਹਾਂ ਵੱਲੋਂ ਜਿਹੜਾ ਚਲਾਇਆ ਗਿਆ ਪਿੰਗਲਵਾਣਾ ਹੈ ਉਹ ਕਿਹ ਨਿਆਸਰੀਆਂ ਲਈ ਆਸ ਦਾ ਕੰਮ ਕਰਦਾ ਹੈ ਭਗਤ ਸਪੂਰਨ ਸਿੰਘ ਦੁਨੀਆ ਤੇ ਲੋੜਵੰਦਾ ਦੀ ਸੇਵਾ ਕਰਨ ਦੇ ਆਪਣੇ ਇਸ ਮਿਸ਼ਨ ਦੇ ਲਈ ਸਾਰੀ ਉਮਰ ਕਾਰਾਸ਼ੀਰ ਰਹੇ ਕਾਰਾਸ਼ੀਰ ਦਾ ਮਤਲਬ ਹੁੰਦਾ ਹੈ ਕੰਮ ਕਰਦੇ ਰਹਿਣਾ ਵੀ ਸਾਰੀ ਉਮਰ ਕੇ ਲੋੜਵੰਦਾ ਦੀ ਸੇਵਾ ਕਰਨ ਦੇ ਵਿੱਚ ਕਿਉਂ ਕੰਮ ਕਰਦੇ ਰਹੇ ਅੰਤ 5 ਅਗਸਤ 1992 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਸਦੀਵੀ ਵਿਛੋੜਾ ਦਾ ਮਤਲਬ ਹੁੰਦਾ ਹੈ ਮੌਤ ਹੋ ਜਾਣਾ ਵੀ 5 ਅਗਸਤ 1992 ਈਸਵੀ ਨੂੰ ਉਨ੍ਹਾਂ ਦੀ ਮੌਤ ਹੋ ਗਈ ਉਹਨਾਂ ਨੂੰ अनेका ਮਾਨ ਸਨਮਾਨ ਮਿਲੇ ਪਰ ਉਹਨਾਂ ਨੂੰ ਲੋਕਾਂ ਵੱਲੋਂ ਮਿਲਿਆ ਪਿਆਰ ਤੇ ਸਰਕਾਰ ਸਤਿਕਾਰ ਅਕੱਥ ਹੈ ਅਕੱਥ ਦਾ ਮਤਲਬ ਹੁੰਦਾ ਹੈ ਜੋ ਬਿਆਨ ਨਾ ਕੀਤਾ ਜਾ ਸਕੇ ਵੀ ਉਹਨਾਂ ਨੂੰ ਸਰਕਾਰ ਵੱਲੋਂ ਜੋ ਜਿਹੜੇ ਮਾਨ ਸਨਮਾਨ ਮਿਲੇ ਉਹ ਵੱਖਰੇ ਹਨ ਪਰ ਕਿ ਜਿਹੜਾ ਲੋਕਾਂ ਦੇ ਮਨ ਵਿੱਚ ਉਹਨਾਂ ਦੀ ਅੱਜ ਵੀ ਪਿਆਰ ਤੇ ਸਤਿਕਾਰ ਹੈ ਉਹਨੂੰ ਆਪਾਂ ਬਿਆਨ ਵੀ ਨਹੀਂ ਕਰ ਸਕਦੇ ਥੈਂਕਸ